ਮੈਂ ਤੁਹਾਨੂੰ ਘੰਟਾ ਪਹਿਲਾਂ ਹੀ ਦੱਸਿਆ ਕਿ ਹੰਗਾਮਾ ਉਹਨਾਂ ਨੂੰ ਸੋਚਣਾ ਚਾਹੀਦਾ, ਜਿਹੜੇ ਬੰਦੇ ਹੰਗਾਮਾ ਕਰਦੇ ਨੇ ਕਿੰਨਾ ਪੰਜਾਬ ਨੂੰ ਕੋਸਟ ਕਰਦਾ। 70 ਲੱਖ ਰੁਪਈਆ ਡੇਲੀ ਲੱਗਦਾ ਔਰ ਇਹ ਇੱਥੇ ਰੌਲਾ ਹੀ ਪਾ ਕੇ ਮਕਾਉਣਾ। ਇੱਕ ਪਾਸੇ ਉਹ, ਦੂਸਰੇ ਪਾਸੇ ਕਹਿੰਦੇ ਨੇ ਕਿ ਸਾਨੂੰ ਟਾਈਮ ਦਿਓ ਕੰਮ ਕਰਨ ਵਾਸਤੇ। ਅੱਜ 12 ਵਜੇ ਕਿਉਂ ਅਜਰਨ ਹੋ ਗਿਆ ਹਾਊਸ? ਬਿਜ਼ਨਸ ਹੀ ਨਹੀਂ ਸੀ ਕੋਈ। ਕਿਹੜੇ ਕਿਹੜੇ ਬਿੱਲ ਅੱਜ ਤੁਸੀਂ ਲੈ ਕੇ ਆਏ ਸੀ ਕਿ ਰੱਖਣੇ ਆ ਔਰ ਇਹਨੂੰ ਲੈ ਕੇ ਇਹਨੂੰ ਇੰਪਲੀਮੈਂਟ? ਬਿੱਲ ਤਾਂ ਪਾਸ ਹੋ ਗਿਆ ਜਿਹੜੇ ਕਰਨੇ ਸੀ, ਬਾਕੀ ਕੱਲ ਨੂੰ ਆ ਜਾਣਗੇ। ਨਥਿੰਗ, ਐਵਰੀਥਿੰਗ ਇਜ਼ ਅੰਡਰ ਕੰਟਰੋਲ। ਲੇਕਿਨ ਮੇਰਾ ਮਤਲਬ ਹੈ ਕਿ ਜੋ ਬਿਜ਼ਨਸ ਹੀ ਨਹੀਂ ਹੈ ਤਾਂ ਫਿਰ ਹਾਊਸ ਕਿਸ ਵਾਸਤੇ ਤੁਸੀਂ ਬਿਠਾ ਰਹੇ ਹੋ? 70 ਲੱਖ ਰੁਪਈਆ ਤੁਸੀਂ ਸਾਰੇ ਪੇ ਕਰਦੇ ਹੋ ਟੈਕਸ ਪੇਅਰਸ ਫੋਰ ਦਿਸ ਹਾਊਸ ਪਰ ਡੇ 1 ਇੰਚ। ਦੋਨੋਂ ਆਪੋਜ਼ਿਟ ਪਾਰਟੀਆਂ ਸਰ, ਦੋਨੋਂ ਕਹਿੰਦਾ ਕਿ ਹਜੇ ਤੱਕ ਪੰਜਾਬ ਦੇ ਉਹੀ ਹਾਲਾਤ ਨੇ, 8 ਮਹੀਨੇ ਦੀ ਕਾਰਗੁਜ਼ਾਰੀ ਤੁਹਾਡੀ ਸਰਕਾਰ ਨੂੰ ਹੋ ਗਈ, ਪੰਜਾਬ ਉੱਥੇ ਦਾ ਉੱਥੇ ਹੀ ਆ। ਪੰਜਾਬ ਉੱਥੇ ਦਾ ਉੱਥੇ ਹੀ ਆ, 8 ਮਹੀਨੇ ਤੁਹਾਡੀ ਸਰਕਾਰ ਨੂੰ ਹੋ ਗਏ, ਲੇਕਿਨ ਪੰਜਾਬ ਕੀ ਨੋ? ਤੁਹਾਨੂੰ ਕੀ ਕੌਣ ਕਹਿੰਦਾ ਉੱਥੇ ਦਾ ਹੀ ਉੱਥੇ ਹੈ? ਕਿਹੜੇ ਇਸ਼ੂ ਤੇ ਉੱਥੇ ਉੱਥੇ ਹੈ ਸਰ? ਬੇਰੋਜ਼ਗਾਰੀ ਦਾ ਮੁੱਦਾ ਹੋਏ, ਬੇਰੋਜ਼ਗਾਰੀ ਜਿਸ ਤਰੀਕੇ ਨਾਲ ਸਾਡਾ ਤੁਹਾਡਾ ਖਿਆਲ ਓਵਰਨਾਈਟ ਹੀ ਅਸੀਂ ਕਰ ਲਾਂਗੇ। ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਨੇ, ਜੈਸੇ ਹੁਣ ਤੁਹਾਡਾ ਔਨ ਦਿਸ ਆਲ MOUs ਹੈਵ ਸਾਈਨ, ਬਟ ਉਹ ਛੱਡੋ ਐਸ ਫਾਰ ਐਸ ਦਿਸ, ਜੈਸੇ ਹੁਣ ਤੁਹਾਡਾ ਇਹ ਡੈਟ ਵੇਵਰ ਹੈ, ਕਰਜ਼ਾ ਮਾਫੀ, 14 ਤਰੀਕ ਨੂੰ ਪਹਿਲਾਂ ਇੰਸਟਾਲਮੈਂਟ ਤੁਸੀਂ ਦੇ ਰਹੇ ਹੈ, ਕਿਉਂ ਤੁਸੀਂ ਹੁਣ ਤੁਹਾਡਾ ਖਿਆਲ ਆਉਂਦੇ ਸਾਰ ਹੀ ਅਸੀਂ ਕਰਦੇ ਹਾਂ ਇਹਨਾਂ ਨੂੰ? ਅੱਜ ਤੱਕ ਪਿਛਲੇ 70 ਸਾਲਾਂ ਦੇ ਵਿੱਚ ਕੁਐਸਚਨ ਆਵਰ ਡਿਸਰਪਟ ਨਹੀਂ ਹੋਇਆ, 2 ਵਾਰ ਇਹਨਾਂ ਦੇ ਮਰਿਆਦਾ ਭੰਗ ਕੀਤੀ ਹੈ ਔਰ ਕੁਐਸਚਨ ਆਵਰ ਨੂੰ ਭੰਗ ਕੀਤਾ, ਇਹ ਕਦੇ ਨਹੀਂ ਹੋਇਆ ਸੀਗਾ ਅੱਜ ਤੱਕ, ਰਾਈਟ? ਇਹ ਜ਼ਿੰਮੇਵਾਰ ਹੈ। ਫਿਰ ਜੇ ਇਹ ਕਹਿੰਦੇ ਨੇ ਕਿ ਸਾਨੂੰ ਲੰਬਾ ਸੈਸ਼ਨ ਚਾਹੀਦਾ ਹੈ, ਤੇ ਮੈਨੂੰ ਇਹ ਦੱਸੋ ਲੰਬਾ ਸੈਸ਼ਨ ਇਹਦਾ ਮਤਲਬ ਇਹ ਹੁੰਦਾ ਕੁਐਸਚਨ ਆਵਰ ਦੇ ਪਹਿਲੇ ਮਿੰਟ ਦੇ ਵਿੱਚ ਹੀ ਰੌਲਾ ਪਾਉਣ ਲੱਗ ਜਾਓ ਤੁਸੀਂ? ਰੌਲਾ ਪਾ ਕੇ ਕੀ ਸੁਲਝਣਾ? ਇਤਿਹਾਸਿਕ ਹੈ ਕਿ 2 ਆਪੋਜੀਸ਼ਨ ਪਾਰਟੀਆਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਲੜੀ ਗਈਆਂ ਨੇ, ਨਹੀਂ ਇਹ ਕਦੇ ਪਹਿਲਾਂ ਦੇਖਿਆ? ਅਸਲ ਦੇ ਵਿੱਚ ਸਰਕਾਰ ਕਾਂਗਰਸ ਦੀ ਹਕੂਮਤ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਲੰਗੜਾ ਸੈਸ਼ਨ, ਸਿਰਫ ਤੇ ਸਿਰਫ ਨਾਮ ਦਾ ਸੈਸ਼ਨ ਆ, ਸ਼ਰਧਾਂਜਲੀਆਂ ਦੇਣ ਦਾ ਸੈਸ਼ਨ ਕਵਾਂਗੇ। ਅੱਜ ਦੇ ਕੱਲ੍ਹ 2 ਦਿਨਾਂ ਦੇ ਵਿੱਚ 3 ਸਿਟਿੰਗ ਸੀਗੀਆਂ ਅਤੇ 1 ਸਿਟਿੰਗ ਹੋਰ ਉੜਾਤੀ, ਵਿੱਚੋਂ ਸਿਰਫ 2 ਸਿਟਿੰਗ ਰਹਿ ਗਈਆਂ। ਸੋ ਅਸੀਂ ਵਿਧਾਨ ਸਭਾ ਦੀ ਨਿਯਮਾਵਲੀ ਦੇ ਅੰਤਰਗਤ, ਨੋਰਮ ਦੇ ਅੰਤਰਗਤ ਅਸੀਂ ਅਡਜਰਨਮੈਂਟ ਮੋਸ਼ਨ, ਕੰਮ ਰੋਕੂ ਪ੍ਰਸਤਾਵ, ਜਿਹੜੀ 35 ਲੱਖ ਰੁਪਈਏ ਦੀ ਰਿਸ਼ਵਤ ਆਡੀਓ ਜਾਰੀ ਹੋਈ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਬੋਲਦਾ, ਉਹ ਪੈਸੇ ਜੇ ਕੈਪਟਨ ਸਾਹਿਬ ਨੇ ਨਹੀਂ ਦਿੱਤੇ ਉਹਨਾਂ ਨੂੰ CBI ਜਾਂਚ ਲਾ ਦੇਣੀ ਚਾਹੀਦੀ, ਅਸੀਂ ਤਾਂ ਇਹ ਮੰਗਦੇ ਹਾਂ। ਸੀ ਉੱਥੇ ਸਪੀਕਰ ਦੇ ਚੈਂਬਰ ਦੇ ਵਿੱਚ ਮੈਂ ਬਤੌਰ ਲੀਡਰ ਆਫ ਆਪੋਜੀਸ਼ਨ ਦਾ ਮੈਂਬਰ ਸੀਗਾ, ਜਦੋਂ ਇਹ ਸ਼ੁਗਲ ਕਰਨ ਦੇ ਸੀ ਸਾਰੇ ਕਾਂਗਰਸੀ ਤੇ ਅਕਾਲੀ ਕਿ ਸਾਡੇ ਕੋਲ ਮੁੱਦੇ ਹੈ ਨਹੀਂ ਗੇ, ਮੈਂ ਇਹਨਾਂ ਨੂੰ 10 ਪੱਖ ਦੇ ਮੁੱਦੇ ਰੜਾਤੇ। ਕੱਲ੍ਹ ਦਾ 35 ਲੱਖ ਰੁਪਏ ਦਾ ਸਿਮਰਜੀਤ ਬੈਂਸ ਦਾ ਖੁਲਾਸਾ, 35 ਲੱਖ ਰੁਪਇਆ ਕਿਸ ਨੇ ਦਿੱਤਾ? ਅੱਜ ਪੰਜਾਬ ਦੇ ਵਿੱਚ ਆਤਮ ਹੱਤਿਆ, 290 ਕਿਸਾਨ ਆਲਮੋਸਟ ਅੱਜ ਤੱਕ ਅਮਰਿੰਦਰ ਦੇ ਰਾਜ ਵਿੱਚ ਆਤਮ ਹੱਤਿਆ ਕਰ ਗਏ ਨੇ। ਅੱਜ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਸ਼ਰੇਆਮ, ਟ੍ਰਿਬਿਊਨ ਅਖਬਾਰ ਨੇ ਵੱਡਾ ਸਫਾ ਲਾਤਾ ਵਾ, ਆਦਿ ਕਈ ਮਸਲੇ ਸੀਗੇ ਜਿਹੜੇ ਅਸੀਂ ਕਰ ਉਹਨਾਂ ਨੂੰ ਕਿਹਾ, ਉਹ ਕਹਿੰਦੇ ਨਹੀਂ ਜੀ ਇਹ ਤਾਂ ਡਿਸਕਸ਼ਨ ਹੋ ਹੀ ਨਹੀਂ ਸਕਦੀ, ਅਤੇ ਮੈਂ ਉਹਨੂੰ ਕਿਹਾ ਮੇਰਾ ਡਿਸੀਜਨ ਨੋਟ ਕਰ ਲਓ, ਆਈ ਵਿਲ ਵਾਕ ਆਊਟ ਆਫ ਦ ਮੀਟਿੰਗ, ਅਤੇ ਕੱਲ੍ਹ ਮੈਂ ਅੱਜ ਜਿਹੜਾ ਟੇਬਲ ਬਿੱਲ ਹੋਇਆ ਉਸਦਾ ਵਿਰੋਧ ਕਰਕੇ ਅਸੀਂ ਵਾਕ ਆਊਟ ਕਰਕੇ ਆਏ, ਕਿਉਂਕਿ ਇਸ ਮੰਦਿਰ ਨੂੰ ਇਹਨਾਂ ਨੇ ਮਜ਼ਾਕ ਬਣਾ ਲਿਆ, ਇਸ ਮੰਦਿਰ ਦੇ ਵਿੱਚ ਕਿਸੇ ਨੂੰ ਬੋਲਣ ਨਹੀਂ ਦਿੰਦੇ। ਅਸੀਂ ਅੱਜ ਸਭ ਤੋਂ ਪਹਿਲਾਂ ਅਡਜਰਨਮੈਂਟ ਮੋਸ਼ਨ ਮੰਗਿਆ ਸੀ, ਉਹ ਨਹੀਂ ਮੰਨਦੇ, ਕੱਲ੍ਹ 77 ਰੂਲ ਏ ਵਿੱਚ ਅਸੀਂ 3 ਮੋਸ਼ਨ ਦਿੱਤੇ, ਉਹ ਨਹੀਂ ਮੰਨੇ, ਦੇਰਫੋਰ ਇਟ ਇਜ਼ ਆਲ ਡਿਕਟੇਟੋਰੀਅਲ ਹੈ। ਜੇਕਰ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।